ਮਨਦੀਪ ਕੌਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਮਨਦੀਪ ਕੌਰ, ਅਵਤਾਰ ਸਿੰਘ ਦੀ ਵਾਈਫ, ਜਿਨ੍ਹਾਂ ਦਾ ਥੋੜ੍ਹੇ ਦਿਨ ਪਹਿਲਾਂ ਮਰਡਰ ਹੋ ਗਿਆ ਸੀ ਗ੍ਰੇਟਰ ਕਲਾਸ ਵਿੱਚ। April ਨੂੰ ਉਹਦਾ ਮਰਡਰ ਕਰਤਾ ਸੀ ਲੈਂਡ ਮਾਫੀਆ ਨੇ ਉਹਨਾਂ ਦੀ ਆਪਣੀ ਪ੍ਰੋਪਰਟੀ ਵਿੱਚ। ਜੰਮੂ ਪਬਲਿਕ ਸਾਹਮਣੇ ਮੇਰੀ ਰਿਕੁਐਸਟ ਹੈ ਕਿ ਮੇਰੇ ਹਸਬੈਂਡ ਲਈ ਅਸੀਂ ਇੱਕ ਕੈਂਡਲ ਮਾਰਚ ਕਰ ਰਹੇ ਹਾਂ 2nd June ਨੂੰ, ਅਤੇ ਸਾਰੀ ਸੰਗਤ ਉੱਥੇ ਪਲੀਜ਼ ਪਹੁੰਚੇ। ਡਜ਼ਨਟ ਮੈਟਰ ਕਿ ਕਿਹੜੀ ਕਮਿਊਨਿਟੀ ਨੂੰ ਤੁਸੀਂ ਬਿਲੋਂਗ ਕਰਦੇ ਹੋ, ਇਟਸ ਆਲ ਅਬਾਊਟ ਜਸਟਿਸ। June ਨੂੰ ਸ਼ਾਮ ਨੂੰ 6 ਵਜੇ ਗੋਲ ਮਾਰਕੀਟ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਨਜੀਤ ਸਿੰਘ, ਅਵਤਾਰ ਸਿੰਘ ਦਾ ਬ੍ਰਦਰ। ਜਿੱਦਾਂ ਕਿ ਤੁਸੀਂ ਹਾਲਤ ਦੇਖ ਰਹੇ ਹੋ, ਸਾਡੀ ਭਾਬੀ ਨੇ ਜੋ ਰਿਕੁਐਸਟ ਕੀਤੀ ਹੈ ਜੰਮੂ ਪਬਲਿਕ ਸਾਰੀ ਜਨਤਾ ਨੂੰ, ਨਹੀਂ ਅੱਗੇ ਬੋਲ ਪਾ ਰਹੇ ਹੈ, ਅਤੇ ਮੈਂ ਉਹਨਾਂ ਦੀ ਗੱਲ ਨੂੰ ਪੂਰਾ ਕਰਨਾ ਚਾਹਾਂਗਾ ਕਿ ਅਵਤਾਰ ਸਿੰਘ ਵਾਸਤੇ ਕੈਂਡਲ ਮਾਰਚ ਰੱਖੀ ਹੈ 2nd June ਸੰਡੇ, ਜਿਹੜਾ ਸ਼ਾਮ ਨੂੰ 6 ਵਜੇ ਗੋਲ ਮਾਰਕੀਟ ਗਾਂਧੀ ਨਗਰ ਗੁਰਦੁਆਰੇ ਤੋਂ ਸਟਾਰਟ ਹੋਏਗੀ ਅਤੇ ਥਰੂ ਅਪਸਰਾ ਰੋਡ ਤੱਕ ਆਏਗੀ। ਅਤੇ ਹੱਥ ਜੋੜ ਕੇ ਬੇਨਤੀ ਹੈ ਸਾਰੀ ਜੰਮੂ ਦੀ ਜਨਤਾ ਨੂੰ, ਜਿਸ ਤਰ੍ਹਾਂ ਅੱਗੇ ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ ਸਾਡਾ ਗਵਰਨਮੈਂਟ ਤੱਕ ਸਾਡੀ ਗੱਲ ਪਹੁੰਚਾਉਣ ਨੂੰ, ਇਸੇ ਕਰਕੇ ਅਸੀਂ ਬੇਨਤੀ ਕਰ ਰਹੇ ਹਾਂ ਕਿ ਸਾਰੇ ਤੋਂ ਸਾਰੀ ਜਨਤਾ ਜਿਹੜੀ ਪਹੁੰਚਣ ਦੀ ਕੋਸ਼ਿਸ਼ ਕਰੇ, ਤਾਂ ਕਿ ਅਸੀਂ ਗਵਰਨਮੈਂਟ ਤੱਕ ਇਹ ਮੈਸੇਜ ਦੇ ਸਕੀਏ ਕਿ ਕਿਸੇ ਹੋਰ ਬੱਚੇ ਨੂੰ, ਕਿਸੇ ਹੋਰ ਮਾਂ ਪਿਓ ਨੂੰ ਜਾਂ ਕਿਸੇ ਹੋਰ ਵਾਈਫ ਦਾ ਹਸਬੈਂਡ ਨਾ ਜਾ ਸਕੇ। ਪਲੀਜ਼ ਸਾਰੇ ਪਹੁੰਚਣ ਦੀ ਕਿਰਪਾਲਤਾ ਕਰਨਾ 6 ਵਜੇ 2 June ਨੂੰ ਗਾਂਧੀ ਨਗਰ ਗੁਰਦੁਆਰਾ। ਸਤਿ ਸ਼੍ਰੀ ਅਕਾਲ ਜੀ।